ਆਪਨਾ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਟੀਵੀ ਮੈਸੂਰਵੀ ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੇ ਬਾਈਡਨ ਨੇ ਤੋੜੀ ਚੁੱਪੀ ਕਿਹਾ ਵਿਰੋਧ ਦਾ ਅਧਿਕਾਰ ਪਰ ਪੁਲਿਸ ਅਧਿਕਾਰੀਆਂ ਨੇ ਕੈਂਪਸ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਕੀਤੀ ਗੋਲੀਬਾਰੀ ਯੂਐਸ ਪ੍ਰੋਸੀਕਿਊਟਰ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਚ ਹੋਇਆ ਵੱਡਾ ਖੁਲਾਸਾ ਕੈਨੇਡਾ ਚ ਭਾਰਤੀ ਮੂਲ ਦੇ ਨੌਜਵਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਪਾਰੀ ਮੀ ਕਰ ਦੱਖਣ ਪੂਰਬੀ ਟੈਕਸਾਸ ਚ ਪਰਿਆ ਪਾਣੀ ਸਕੂਲ ਹੋਏ ਪੰ ਅਮਰੀਕੀ ਹਵਾਈ ਸੈਨਾ ਨੇ ਉਡਾਇਆ ਏਆਈ ਸੰਚਾਲਿਤ ਐਫ 16 ਲੜਾਕੂ ਜਹਾਜ਼ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ ਇਸ ਦੌਰਾਨ ਅਮਰੀਕਾ ਦੇ ਕਾਲਜ ਕੈਂਪਸਾਂ ਵਿੱਚ ਵਿਦਿਆਰਥੀ ਇਜ਼ਰਾਈਲ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਵਿਦਿਆਰਥੀਆਂ ਦਾ ਇਹ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਬਾਈਡਨ ਨੇ ਵਿਰੋਧ ਕਰਨ ਦੇ ਅਧਿਕਾਰ ਦਾ ਬਚਾਅ ਕੀਤਾ ਪਰ ਇਹ ਵੀ ਕਿਹਾ ਕਿ ਆਰਡਰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਲੋਕਤੰਤਰ ਲਈ ਅਸਹਿਮਤੀ ਜ਼ਰੂਰੀ ਹੈ ਪਰ ਅਸਹਿਮਤੀ ਜ਼ਾਹਰ ਕਰਦੇ ਹੋਏ ਕਦੀ ਵੀ ਰਾਜਕਤਾ ਨਹੀਂ ਹੋਣੀ ਚਾਹੀਦੀ। ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ 'ਚ ਕਿਹਾ ਕਿ ਸ਼ਾਂਤਮਈ ਅਸਹਿਮਤੀ ਲੋਕਤੰਤਰ ਦਾ ਅਹਿਮ ਹਿੱਸਾ ਹੈ ਪਰ ਬਹਿਰਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਵੀ ਕਿਹਾ ਕਿ ਜਾਇਦਾਦ ਨੂੰ ਤਬਾਹ ਕਰਨਾ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ। ਇਹ ਕਾਨੂੰਨ ਦੇ ਵਿਰੁੱਧ ਹੈ। ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਤੋੜ, ਗੁਸਪੈਟ, ਖਿੜਕੀਆਂ ਤੋੜਨਾ, ਕੈਂਪਸ ਬੰਦ ਕਰਨਾ, ਕਲਾਸਾਂ ਨੂੰ ਰੱਦ ਕਰਨ ਲਈ ਮਜਬੂਰ ਕਰਨਾ ਇਨ੍ਹਾਂ ਵਿੱਚ ਕੋਈ ਵੀ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੈ। ਜ਼ਿਕਰਯੋਗ ਹੈ ਕਿ ਫਲਸਤੀਨ ਸਮਰਥਕ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਕੋਲੰਬੀਆ ਯੂਨੀਵਰਸਿਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਇਹ ਵਿਰੋਧ ਹੋਰ ਯੂਨੀਵਰਸਿਟੀਆਂ ਵਿੱਚ ਵੀ ਫੈਲ ਗਿਆ। ਪੁਲਿਸ ਨੇ ਵੀ ਦਰਨੇ ਨੂੰ ਲੈ ਕੇ ਕਾਰਵਾਈ ਕੀਤੀ। 1000 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਬਾਹਰੀ ਲੋਕ ਵੀ ਸ਼ਾਮਲ ਹਨ। ਪੁਲਿਸ ਨੇ ਕੋਲੰਬੀਆ ਵਿੱਚ ਯੂਨੀਵਰਸਿਟੀਆਂ ਤੋਂ ਲੈ ਕੇ ਹੋਟਲਾਂ ਅਤੇ ਹੋਰ ਥਾਵਾਂ ਤੇ ਤੇਜ਼ੀ ਦੇ ਨਾਲ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਯੋਗ ਤੇ ਇੱਕ ਡਾਕਟਰ ਸਮੇਤ ਪਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਹ ਸਾਰੇ ਵਿਦਿਆਰਥੀ ਨਹੀਂ ਹਨ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਫਲਸਤੀਨ ਅਤੇ ਇਜ਼ਰਾਇਲ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋ ਚੁੱਕੀਆਂ ਹਨ ਇਹ ਝੜਪ ਬੁੱਧਵਾਰ ਨੂੰ ਹੋਈ ਜਦੋਂ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਲਈ ਬੈਰੀਕੇਡ ਲਗਾਏ ਇਜ਼ਰਾਈਲ ਪੱਕੇ ਪ੍ਰਦਰਸ਼ਨਕਾਰੀਆਂ ਦੇ ਨਾਲ ਝੜਪਾ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਦੂਜੇ ਨੂੰ ੱੱਕਾ ਦਿੱਤਾ ਲੱਤਾਂ ਮਾਰੀਆਂ ਅਤੇ ਲਾਠੀਆਂ ਨਾਲ ਹਮਲਾ ਕੀਤਾ ਗੋਟਲਬ ਹੈ ਕਿ ਇੱਕ ਪਾਸੇ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਅਮਰੀਕਾ ਉਸ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖ ਰਿਹਾ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਕੋਲੰਬੀਆ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਮਾਰਤ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿੱਚ ਲੱਗੇ ਇੱਕ ਪੁਲਿਸ ਅਧਿਕਾਰੀ ਨੇ ਆਡੀਟੋਰੀਅਮ ਦੇ ਅੰਦਰ ਗੋਲੀਬਾਰੀ ਕੀਤੀ। ਜ਼ਿਲ੍ਹਾ ਟਰਨੀ ਐਲਵਿਨ ਬ੍ਰੈਕ ਦੇ ਦਫ਼ਤਰ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਬੁਲਾਰੇ ਨੇ ਡਗ ਕੋਹੇਨ ਅਨੁਸਾਰ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਉਹਨਾਂ ਨੇ ਦੱਸਿਆ ਕਿ ਘਟਨਾ ਸਮੇਂ ਹੋਰ ਅਧਿਕਾਰੀ ਵੀ ਉੱਥੇ ਮੌਜੂਦ ਸਨ ਪਰ ਉਸ ਸਮੇਂ ਨੇੜੇ ਕੋਈ ਵਿਦਿਆਰਥੀ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਬ੍ਰੈਕ ਦਾ ਦਫ਼ਤਰ ਘਟਨਾ ਦੀ ਇਸ ਮਿਖਿਆ उन्होंने सिटी ने सब तो पहला कैंपस एक पुलिस अधिकारी वालों गोलीबारी की रिपोर्ट से। प्रेस द्वारा घटना बारे पूछे जाने विभाग ने तुरंत कोई टिप्पणी नहीं की ਗੋਲੀਬਾਰੀ ਦੀ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਅਧਿਕਾਰੀ ਮੰਗਲਵਾਰ ਸ਼ਾਮ ਨੂੰ ਹੈਮਿਲਟਨ ਹਿੱਲ ਵਿੱਚ 20 ਘੰਟਿਆਂ ਤੋਂ ਵੱਧ ਸਮੇਂ ਤੋਂ ਡੇਰੇ ਲਾਏ ਹੋਏ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਕੰਪਲੈਕਸ ਵਿੱਚ ਦਾਖਲ ਹੋਏ ਘਟਨਾਕ੍ਰਮਿਕ ਵੀਡੀਓ ਵਿੱਚ ਪੁਲਿਸ ਅਧਿਕਾਰੀਆਂ ਨੂੰ ਦੂਜੀ ਮੰਜ਼ਲ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਕੈਂਪਸ ਦੇ ਅੰਦਰ ਮੌਜੂਦ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ। ਮੰਗਲਵਾਰ ਨੂੰ ਕੋਲੰਬੀਆ ਯੂਨੀਵਰਸਿਟੀ 'ਚ ਹੋਈ ਕਾਰਵਾਈ 'ਚ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਕੈਨੇਡਾ 'ਚ ਮਾਰੇ ਗਏ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਕੈਨੇਡਾ ਪੁਲਿਸ ਨੇ 3 ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਸੂਤਰਾਂ ਦੀ ਬਣੀਏ ਤਾਂ ਇਹ ਤਿੰਨੇ ਸ਼ੂਟਰ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਆਏ ਸਨ ਜੋ ਭਾਰਤੀ ਸਿਟੀਜ਼ਨ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਸ਼ੂਟਰਾਂ ਦਾ ਸਬੰਧ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਹੈ ਫੜੇ ਗਏ ਵਿਅਕਤੀ ਆਦੀਪੇਸ਼ਾਨ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਵੱਜੇ ਹੋਈ ਹੈ ਕਨੇਡੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਯਾਨੀ ਸੀਬੀਸੀ ਨੇ ਸੂਤਰ ਦੇ ਹਵਾਲੇ ਦੇ ਨਾਲ ਇਹ ਦੱਸਿਆ ਹੈ ਕਿ ਫਰੇਗੇ ਵਿਅਕਤੀਆਂ ਨੇ ਸਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵਿਖੇ ਨਿੱਜਰ ਦੇ ਮਾਰੇ ਜਾਣ ਵਾਲੇ ਦਿਨ ਨਿਸ਼ਾਨੇਬਾਜ਼ਾਂ ਡਰਾਈਵਰਾਂ ਤੇ ਸਪੋਰਟਰਾਂ ਦੇ ਵਜੋਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ ਦੱਸ ਦੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡਰ ਵੱਲੋਂ ਸਤੰਬਰ 2023 ਚ ਐਲਾਨ ਕਿਤੇ ਜਾਣ ਤੋਂ ਬਾਅਦ ਕੈਨੇਡਾ ਦੇ ਭਾਰਤ 'ਚ ਇੱਕ ਵੱਡਾ ਕੂਟਨੀਤਿਕ ਝਗੜਾ ਹੋ ਗਿਆ ਸੀ ਕੈਨੇਡੀਅਨ ਅਧਿਕਾਰੀ ਇੱਕ ਕੈਨੇਡੀਅਨ ਨਾਗਰਿਕ ਨਿੱਜਰ ਦੀ ਘਾਤ ਗੋਲੀਬਾਰੀ ਲਈ ਭਾਰਤੀ ਸਰਕਾਰੀ ਏਜੰਟਾਂ ਨੂੰ ਜੋੜਨ ਦੇ ਦੋਸ਼ਾ ਦੀ ਵੀਰ ਵੀ ਕਰ ਰਹੇ ਸਨ ਕੈਨੇਡੀਅਨ ਪੁਲਿਸ ਨੇ ਸ਼ਨੀਵਾਰ ਨੂੰ ਹਰਦੀਪ ਸਿੰਘ ਦੀ ਜਲਦੀ ਹਤਿਆ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਕੈਨੇਡਾ ਚ ਭਾਰਤੀ ਮੂਲ ਦੇ ਨੌਜਵਾਨ ਦੇ ਖਿਲਾਫ ਗ੍ਰਿਫਤਾਰੀ ਵਾਰੰਡ ਜਾਰੀ ਕੀਤਾ ਗਿਆ ਇਹ ਵਾਰੰਡ ਲਾ ਇਨਫੋਰਸਮੈਂਟ ਵਿਭਾਗ ਵੱਲੋਂ 19 ਸਾਲ ਅਰਜੁਨ ਸਹਨਨ ਦੇ ਨਾਂ ਤੇ ਜਾਰੀ ਕੀਤਾ ਗਿਆ ਜੋ ਪੂਰੇ ਦੇਸ਼ ਚ ਲਾਗੂ ਹੋਵੇਗਾ ਇਲਜ਼ਾਮ ਹੈ ਕਿ ਉਹ ਜ਼ਬਰੀ ਵਸੂਲੀ ਅਤੇ ਗੋਲੀ ਚਲਾਉਣ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਐਡਮਿੰਟਨ ਪੁਲਿਸ ਸਰਵਿਸਿਜ਼ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਰਜੁਨ ਸਹਿਨਨ ਗੋਲੀਬਾਰੀ ਦੇ ਨਾਲ ਸੰਬੰਧਿਤ ਤਿੰਨ ਮਾਮਲਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚੋਂ ਦੋ ਕੇਸ ਅਲਬਰਟਾ ਵਿੱਚ ਹਨ ਜਦਕਿ ਤੀਜਾ ਕੇਸ ਵਿਨੀਪੈਗ ਵਿੱਚ ਹੈ। ਇਹ ਘਟਨਾਵਾਂ ਕਰੰਵਾਰ 21 ਦਸੰਬਰ, 24 ਦਸੰਬਰ ਅਤੇ 29 ਦਸੰਬਰ 2023 ਨੂੰ ਵਾਪਰੀਆਂ। ਪਹਿਲੀਆਂ ਦੋ ਘਟਨਾਵਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਐਡਮਿੰਟਨ ਅਤੇ ਵਿਨੀਪੈਗ ਵਿੱਚ ਹੋਈਆਂ ਗੋਲੀਬਾਰੀ ਵਿੱਚ ਮਕਾਨ ਮਾਲਕ ਤੋਂ ਪੈਸੇ ਵਸੂਲੇ ਗਏ ਸਨ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਹਾਲਾਂਕਿ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੀਜੀ ਘਟਨਾ ਐਡਵਿੰਟਨ ਦੇ ਸ਼ੇਰਵੁੱਡ ਪਾਰਕ ਇਲਾਕੇ ਦੀ ਹੈ ਜਿਸ ਵਿੱਚ ਕਾਰ ਦੇ ਮਾਲਕ ਨੂੰ ਕੋਈ ਧਮਕੀ ਨਹੀਂ ਮਿਲੀ ਪਰ ਜਾਂਚ ਕਰਤਾਵਾ ਦਾ ਮੰਨਣਾ ਹੈ ਕਿ ਬੰਦੂਕਦਾਰੀ ਨੇ ਗਲਤੀ ਨਾਲ ਗਲਤ ਕਾਰ ਨੂੰ ਨਿਸ਼ਾਨਾ ਬਣਾਇਆ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਗੋਲੀਬਾਰੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਇੱਕੋ ਬੰਦੂਕ ਦੀ ਵਰਤੋਂ ਕੀਤੀ ਗਈ ਸੀ ਦੋਸ਼ ਹੈ ਕਿ ਇਨਾ ਗੋਲੀਕਾਂਡ ਨਾਲ ਜੁੜਿਆ ਘਟਨਾਵਲੀ ਅਰਜੁਨ ਸੈਨਨ ਜ਼ਿੰਮੇਵਾਰ ਹੈ ਹਾਲਾਂਕਿ ইপিਐਸਟੀ ਫਾਇਰਆਰਮਜ਼ ਇਨਵੈਸਟੀਗੇਸ਼ਨਸ ਯੂਨਿਟ ਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਕੈਨੇਡੀਅਨ ਕਾਨੂੰਨ ਅਤੇ ਪੁਲਿਸ ਬਚਣ ਲਈ ਭਾਰਤ ਭੱਜ ਗਿਆ ਸੀ ਖਤਸ਼ਾ ਜਤਾਇਆ ਜਾ ਰਿਹਾ ਹੈ ਕਿ ਉਸਨੇ ਵਿਨੀਪੈਗ ਅਤੇ ਸ਼ੇਰਵੁੱਡ ਪਾਰਕ ਗੋਲੀਕਾਂਡ ਤੋਂ ਬਾਅਦ ਹੀ ਭਾਰਤ ਲਈ ਉਡਾਨ ਭਰੀ ਸੀ ਦਿਲਚਸਪ ਗੱਲ ਇਹ ਹੈ ਕਿ ਈਪੀਐਸ ਬਲੋ 3 ਜਨਵਰੀ 2024 ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਭਾਰਤੀ ਕੈਨੇਡੀਅਨ ਨੌਜਵਾਨ ਨੂੰ 30 ਦਸੰਬਰ 2023 ਨੂੰ 5 ਹਥਿਆਰਾਂ ਸਮੇਤ ਗ੍ਰਫਤਾਰ ਕੀਤਾ ਗਿਆ ਸੀ ਜਦੋਂ ਉਸ ਨੂੰ 17 ਸਟਰੀਟ ਅਤੇ 49 ਐਵੇਨਿਊ ਦੇ ਖੇਤਰ ਵਿੱਚ ਬਾਹਰ ਵਿੱਚ ਰੋਕਿਆ ਗਿਆ ਸੀ ਅਰਜੁਨ ਜ਼ੈਨਨ ਤੇ ਉਦੋਂ 5 ਹਥਿਆਰ ਰੱਖਣ ਦਾ ਦੋਸ਼ ਸੀ ਫਿਲਹਾਲ ਮਾਮਲੇ ਦੀ ਜਾਂਚ ਈਪੀਐਸ ਕਰ ਰਹੀ ਹੈ ਅਮਰੀਕਾ ਦੇ ਹਿਊਸਟਨ ਦੇ ਅਧਿਕਾਰੀਆਂ ਨੇ ਕਈ ਦਿਨਾਂ ਦੀ ਪਾਰੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਭਿਆਨਕ ਹੜ੍ਹਾਂ ਦੇ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਹਿਡਾਲਗੋ ਕਾਉਂਟੀ ਚੋਟੀ ਦੇ ਅਧਿਕਾਰੀ ਲੀਨਾ ਹਿਡਾਲਗੋ ਨੇ ਕਿਹਾ ਕਿ ਖਤਰਾ ਬਣਿਆ ਹੋਇਆ ਹੈ ਅਤੇ ਇਹ ਹੋਰ ਵਿਗੜਨ ਜਾ ਰਿਹਾ ਹੈ। ਇਹ ਕੋਈ ਆਮ ਸਥਿਤੀ ਨਹੀਂ ਹੈ। ਹਿਡਾਲਗੋ ਨੇ ਕਿਹਾ ਕਿ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਡੂੰਘੇ ਪਾਣੀ ਵਿੱਚ ਚਲੇ ਜਾਣ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪਾਰੀਮੀ ਨੇ ਦੱਖਣ ਪੂਰਬੀ ਟੈਕਸਾਸ ਖੇਤਰ ਨੂੰ ਸ਼ੁੱਕਰਵਾਰ ਨੂੰ ਪਾਣੀ ਵਿੱਚ ਛੱਡ ਦਿੱਤਾ ਜਿਸ ਨਾਲ ਸਕੂਲ ਬੰਦ ਹੋ ਗਏ ਅਤੇ ਹਿਊਸਟਨ ਦੇ ਆਲੇ ਦੋਲੇ ਕਈ ਹਾਈਵੇ ਬੰਦ ਹੋ ਗਏ ਰਾਸ਼ਟਰੀ ਮੌਸਮ ਸੇਵਾਦਾਰ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 9 ਇੰਚ ਤੋਂ ਵੱਧ ਮੀਂਹ ਪਿਆ ਜਿਸ ਨਾਲ ਖੇਤਰ ਲਈ ਹੜ੍ਹ ਦੀ ਚੇਤਾਵਨੀ ਦਿੱਤੀ ਗਈ ਹੈ ਅਮਰੀਕੀ ਹਵਾਈ ਫੌਜ ਨੇ ਇੱਕ ਪ੍ਰਯੋਗਾਤਮਕ F-16 ਲੜਾਕੂ ਜਹਾਜ਼ ਉਡਾਇਆ ਪਰ ਇਸ ਜਹਾਜ਼ ਨੂੰ ਕਿਸੇ ਮਨੁੱਖੀ ਪਾਇਲਟ ਨੇ ਨਹੀਂ ਸਗਵਾ ਆਟੋਮੈਟਿਕ ਇੰਟੈਲੀਜੈਂਸ ਯਾਨੀ AI ਨੇ ਕੰਟਰੋਲ ਕੀਤਾ ਸੀ ਅਧਦੇਸ਼ ਦੀ ਹਵਾਈ ਫੌਜ ਦੇ 76 ਫ੍ਰੈਂਕ ਕੈਂਡਲ ਜਹਾਜ਼ ਜਿਸੋ ਆਰਸਨ AI 4G ਹਵਾਬਾਜ਼ੀ ਦੇ ਖੇਤਰ ਵਿੱਚ ਸਭ ਤੋਂ ਵੱਡੀ ਤਰੱਕੀ ਵਿੱਚੋਂ ਇੱਕ ਹੈ ਹਾਲਾਂਕਿ ਇਸ ਦੀ ਟੈਕਨੋਲੋਜੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ US Air Force ਦਾ ਟੀਚਰ 2028 ਤੱਕ 1000 ਤੋਂ ਵੱਧ AI ਸੰਚਾਲਿਤ ਮਨੁੱਖ ਰਹਿਤ ਲੜਾਕੂ ਜਹਾਜ਼ਾਂ ਨੂੰ ਚਲਾਉਣਾ ਚਲਾਉਂਦਾ ਹੈ ਪ੍ਰਯੋਗਿਆਤਮਕ F16 ਲੜਾਕੂ ਜਹਾਜ਼ ਨੇ ਐਡਵਰਡਸ 에ਅਰ ਫੋਰਸ ਬੇਸ ਤੋਂ ਉਡਾਨ ਭਰੀ ਕੈਂਡਲ ਨੇ ਪਵਿੱਖ ਦੇ ਹਵਾਈ ਯੁੱਧ ਵਿੱਚ AI ਸੰਚਾਲਿਤ ਜੰਗੀ ਜਹਾਜ਼ਾਂ ਦੀ ਭੂਮਿਕਾ ਦੀ ਪਰ ਚੋਲ ਕਰਨ ਲਈ ਜਹਾਜ਼ ਵੀ ਝਟਾਨ ਪਰੀ ਕੈਂਡਲ ਨੇ ਉਡਾਨ ਤੋਂ ਬਾਅਦ ਕਿਹਾ ਕਿ ਇਸ ਨੂੰ ਸੇਵਾ ਵਿੱਚ ਨਾ ਰੱਖਣਾ ਇੱਕ ਸੁਰੱਖਿਆ ਜੋਖਮ ਹੈ ਇਸ ਲਈ ਸਾਨੂੰ ਯਕੀਨੀ ਤੌਰ ਤੇ ਇਸ ਦੀ ਲੋੜ ਹੈ ਜਹਾਜ਼ ਨੇ 550 ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਉਡਾਨ ਭਰੀ ਕੈਨੇਡਾ ਦੇ ਵਿੱਚ ਦੋ ਪੰਜਾਬੀ ਔਰਤਾਂ ਘਰੇਲੂ ਹਿੰਸਾ ਦੀ ਪੀੜ ਚੜ ਗਈਆਂ ਦੋਹਾਂ ਦੇ ਪਤੀਆਂ ਨੂੰ ਕਤਲ ਦੇ ਦੋਸ਼ਾ ਤਹਿਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਹਿਲੀ ਘਟਨਾ ਸਰੀ ਸ਼ਹਿਰ ਦੀ ਹੈ ਜਿੱਥੇ 26 ਅਪ੍ਰੈਲ ਨੂੰ 144 ਸਟਰੀਟ ਦੇ 72 ਵੈਨਿਊ ਸਥਿਤ ਘਰ ਵਿੱਚ ਹਿੰਸਾ ਦੀ ਸੂਚਨਾ ਮਿਲਣ ਦੇ ਪੁਲਿਸ ਪਹੁੰਚੇ ਤਾਂ 33 ਸਾਲ ਪਵਿੱਤਰ ਪਿੱਤ ਕੋਰ ਸਿੱਧੂ ਗੰਬੀਰ ਜ਼ਖਮੀ ਹਾਲਤ ਵਿੱਚ ਸੀ ਜੋ ਹਸਪਤਾਲ ਜਾਨ ਮੁਕੇ ਰਾਜ ਇਹ ਉਸਨੇ ਦਮ ਤੋੜ ਦਿੱਤਾ ਘਟਨਾ ਤੋਂ ਬਾਅਦ ਉਸ ਦਾ ਪਤੀ ਹਰਦੀਪ ਸਿੰਘ ਸਿੱਧੂ ਰੂਪ ਰੂਪੋਸ਼ ਹੋ ਗਿਆ ਸੀਗਾ پولیس ਨੇ ਜੌਨ ਜ਼ੁਰਾਨ ਨੂੰ ਇਸ ਵੁਰਦ ਕਤਲ ਦੇ ਢੋ ਸਬੂਤ ਇਕੱਠੇ ਕੀਤੇ ਤੇ ਬਾਰਡਰ ਸੁਰੱਖਿਆ ਏਜੰਸੀ ਦੀ ਮਦਦ ਨਾਲ ਉਸ ਨੂੰ ਅਮਰੀਕਾ ਭਜਨ ਦਾ ਯਤਨ ਕਰਦਿਆਂ ਗ੍ਰਿਫਤਾਰ ਕਰ ਲਿਆ ਅਲਬਰਟਾ ਸੁਬੇ ਦੇ ਸ਼ਹਿਰ ਕੈਲਗਰੀ ਚ 30 ਅਪ੍ਰੈਲ ਨੂੰ ਇਸੇ ਕ란ਜ ਵਿੱਚ ਇੱਕ ਹੋਰ ਵਾਪਰੀ ਘਟਨਾ ਵਿੱਚ 25 ਸਾਲ ਮਨਪ੍ਰੀਤ ਕੋਰ ਦੀ ਵੀ ਉਸ ਦੇ ਪਤੀ ਮਨਿੰਦਰਪ੍ਰੀਤ ਸਿੰਘ ਹੱਤੋਂ ਕੁੱਟਮਾਰ ਦੀ ਸ਼ਿਕਾਰ ਹੋਈ ਤੇ ਬਾਅਦ ਚ ਉਸ ਦੀ ਮੌਤ ਹੋ ਗਈ। ਮਨਿੰਦਰਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਦੋਂ ਟੋਰਾਂਟੋ ਖੇਤਰ ਵਿੱਚ 2 ਦਿਨ ਪਹਿਲਾਂ ਸ਼ਰਾਬ ਦਾ ਟੇਕਾ ਲੁੱਟ ਕੇ ਪਛਦੀਆਂ। ਆਵਾਜਾਈ ਦੀ ਉਲਟ ਦਿਸ਼ਾ ਵੱਲ ਗੱਡੀ ਚਲਾਉਂਦਿਆਂ ਕਾਰਜ ਵਜਨ ਕਾਰਨ ਮਾਰੇ ਗਏ ਪਰਿਵਾਰ ਦੇ ਬਜ਼ੁਰਗ ਜੋੜੇ ਨੇ ਉਹਨਾਂ ਦੇ 6 ਮਹੀਨੇ ਦੇ ਪੋਤੇ ਦੀ ਮੌਤ ਬਾਰੇ ਪੁਲਿਸ ਨੇ ਚੁੱਪੀ ਤੋੜਦੇ ਦੱਸਿਆ ਕਿ ਉਸੇ ਕਾਰ ਵਿੱਚ ਬੱਚੇ ਦੇ ਮਾਪੇ ਵੀ ਸਨ ਜੁਗਬੀਰ ਜ਼ਖਮੀ ਹੋਏ ਸੀ ਪਰ ਉਹਨਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮਰਨ ਵਾਲਿਆਂ ਨੇ ਤੇ ਜ਼ਖਮੀਆਂ ਤੇ ਨਾਂ ਨਹੀਂ ਦੱਸੇ ਪਰ ਪੁਖਤਾ ਜਾਣਕਾਰੀ ਅਨੁਸਾਰ ਦੁਖਦਾਈ ਹਾਸਾ ਦੱਸਿਆ ਹੈ ਪੰਜਾਬੀ ਪਰਿਵਾਰ ਦੇ ਨਾਲ ਵਾਪਰਿਆ ਹੈ ਆਵਾਜਾਈ ਦੇ ਉਲਟ ਦਿਸ਼ਾ ਵੱਲ ਜਾਣ ਵਾਲੇ ਲੁਟੇਰੇ ਦਾ ਪਿੱਛਾ ਕਰਨ ਉੱਤੇ ਲੋਕਾਂ ਨੇ ਪੁਲਿਸ سے ਸਵਾਲ ਚੁੱਕੇ ਤੇ ਸੂਬਾ ਸਰਕਾਰ ਨੂੰ ਇਸ ਬਾਰੇ ਸਪਸ਼ਟਿਕਰਨ ਦੇਣੇ ਪੈ ਰਹੇ ਹਨ ਪ੍ਰਧਾਨ ਮੰਤਰੀ ਜਸਟਿਨ ਰੂਡੋ ਨੇ ਵੀ ਹਾਸੇ ਨੂੰ ਮੰਤਭਾਗਾ ਕਿਹਾ ਭਾਰਤ ਨੇ ਈਰਾਨ ਅਤੇ ਇਜ਼ਰਾਈਲ ਵਿਚਾਲੇ ਟਕਰਾਅ ਦੇ ਡਰ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਦੇਸ਼ਾਂ ਦੇ ਯਾਤਰਾ ਤੇ ਭਾਰਤੀ ਨਾਗਰਿਕਾਂ ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ ਪਰ ਲੋਕਾਂ ਨੂੰ ਯਾਤਰਾ ਦੌਰਾਨ ਸਾਵਧਾਨ ਰਹਿਣ ਅਤੇ ਭਾਰਤੀ ਮਿਸ਼ਨ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਈਰਾਨ ਅਤੇ ਇਜ਼ਰਾਈਲ ਬਾਰੇ ਯਾਤਰਾ ਸਲਾਹਾਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਅਸੀਂ ਖੇਤਰਤ ਵਿੱਚ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਸੀਂ ਇਹ ਵੀ ਦੇਖਿਆ ਹੈ ਕਿ ਇਰਾਨ ਅਤੇ ਇਜ਼ਰਾਈਲ ਨੇ ਕਈ ਦਿਨਾਂ ਤੋਂ ਆਪਣਾ ਹਵਾਈ ਖੇਤਰ ਖੋਲ੍ਹਿਆ ਹੋਇਆ ਹੈ ਅਸੀਂ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਦੇਸ਼ਾਂ ਦੀ ਯਾਤਰਾ ਦੌਰਾਨ ਸਾਵਧਨ ਰਹਿਣ ਅਤੇ ਭਾਰਤੀ ਦੂਤਖਾਨੇ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੰਦੇ ਹਾਂ ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕ ਨੂੰ ਧਿਆਨ ਵਿੱਚ ਰੱਖਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਮੌਜੂਦਾ ਸਥਿਤੀ ਵਿੱਚ ਇਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰੋ ਅਤੇ ਜੋ ਪਹਿਲਾਂ ਹੀ ਉੱਥੇ ਜਾ ਚੁੱਕੇ ਹਨ ਉਹਨਾਂ ਨੂੰ ਬਹੁਤ ਸਾਵਧਾਨੀ ਵਰਤਨੀ ਚਾਹੀਦੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਖੇਤਰੀ ਸਥਿਤੀ ਦੇ ਨੇੜੇ ਨਜ਼ਰ ਰੱਖ ਰਹੇ ਹਾਂ ਅਸੀਂ ਇਹ ਵੀ ਦੇਖਿਆ ਕਿ ਇਰਾਨ ਅਤੇ ਇਜ਼ਰਾਇਲ ਨੇ ਕਈ ਦਿਨਾਂ ਤੋਂ ਆਪਣਾ ਹਵਾਈ ਖੇਤਰ ਖੋਲਿਆ ਹੋਇਆ ਹੈ ਅਸੀਂ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਦੇ ਸਮੇਂ ਸਾਵਧਾਨ ਰਹਿਣ ਅਤੇ ਭਾਰਤੀ ਦੂਤਖਾਨ ਦੇ ਸੰਪਰਕ ਵਿੱਚ ਰਹਿਣ ਜ਼ਿਕਰਯੋਗ ਹੈ ਕਿ ਇਰਾਨ ਨਾਲ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਇਜ਼ਰਾਇਲ ਗਾਜ਼ਾ ਵਿੱਚ ਹਮਾ ਸਾਤਵਾਦੀ ਸੰਗਠਨ ਨਾਲ ਜੰਗ ਵਿੱਚ ਰੁੱਝਿਆ ਹੋਇਆ ਹੈ ਮੱਧ ਪੂਰਬ ਵਿੱਚ ਇਹ ਤਾਜ਼ਾ ਤਨਾ ਉਦੋਂ ਸ਼ੁਰੂ ਹੋਇਆ ਜਦੋਂ ਇਜ਼ਰਾਈਲ ਨੇ ਸੀਰੀਆ ਦੇ ਦਮਿਸ਼ਕ ਵਿੱਚ ਈਰਾਨ ਦੇ ਕੌਂਸੂਲੇਟ 'ਤੇ ਕਥਿਤ ਤੌਰ ਤੇ ਹਮਲਾ ਕੀਤਾ ਹੈਰਿਸਨ ਸਿਟੀ ਪੈਂਸਿਲਵੇਨੀਆ ਸੂਬੇ ਦੇ ਇੱਕ ਨਰਸ ਹਿਥਰ ਪਲੈਸਡੀ ਵੱਲੋਂ 22 ਨਰਸਿੰਗ ਹੋਮ ਰਿਜ਼ਾ ਨੂੰ ਜਾਣਬੁੱਝ ਕੇ ਇਨਸੂਲਿਨ ਦੀ ਘਾਤਕ ਓਵਰਡੋਸ ਦਿੱਤੀ ਗਈ ਜਿਸ ਕਾਰਨ ਸਟਾਰਾ ਮਰੀਜ਼ਾ ਦੀ ਮੌਤ ਹੋ ਗਈ ਮਿਤਕਾ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ ਇਸ ਮਾਮਲੇ ਦੇ ਦੋਸ਼ ਵਿੱਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪੁਲਿਸ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੱਸ ਦੇ ਕਿ ਦੋਸ਼ੀ ਸਾਬਕਾ ਨਰਸਾ ਨਾ ਹਿਥਰ ਪ੍ਰੈਸਡੀ ਹੈ ਉਸਨੇ ਮਰੀਜ਼ਾਂ ਨੂੰ ਇਨਸੂਲਿਨ ਦੀਆਂ ਓਵਰਡੋਸ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਪੈਂਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੂਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਹੈ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਦੋਸ਼ ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਟਾਨੀ ਜਰਨਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ 2 ਮਹੀਨوں ਸਾਬਕਾ ਨਰਸ ਪ੍ਰੈਸਡੀ ਉਮਰ 41 ਸਾਲ ਨੂੰ ਪਹਿਲੀ ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਣਯੋਗ ਹੈ ਕਿ ਨਰਸ ਹੀਥਰ ਪ੍ਰੈਸਡੀ ਨੂੰ ਮਈ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਬੰਦ ਸੀ ਸਾਲ 2020 ਵਿੱਚ ਅਲੈਗਨੀ ਆਰਮਸਟ੍ਰង ਬਟਲਰ ਅਤੇ वेस्टमोरलैंड काउंटी विच बाइਵ ਰੀਜ਼ਾਂ ਨੂੰ ਇਨਸੂਲਿਨ ਦੀ ਘਾਟ ਕ ਅਤੇ ਸੰਭਾਵੀ ਤੌਰ ਤੇ ਘਾਟਾ ਘਰਾਕਾ ਦਾ ਪ੍ਰਬੰਧਨ ਕਰਨ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦੀ ਸਜ਼ਾ ਸੁਣਾਈ ਲੋਕਾਂ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਨਰਸ ਹੀਟਰ ਪਲਸ ਡੀ ਜਿਸ ਦੇ ਸਨ 2022 ਵਿੱਚ ਦੋ ਮਰੀਜ਼ਾਂ ਦੀ ਮੌਤ ਦੇ ਸਬੰਧ ਵਿੱਚ ਦੋਸ਼ ਲੱਗਾ ਹੈ ਉਸ ਨੇ ਘੱਟੋ ਘੱਟ 19 ਹੋਰ ਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਅਦਾਲਤ ਵਿੱਚ ਇਕਬਾਲ ਕੀਤਾ ਸੀ ਮਦ ਮਿਆਮਰ ਦੇ ਮਾਂਡਲੇ ਚੁਪਰੇਲ ਚ ਭਿਆਨਕ ਗਰਮੀ ਦੇ ਕਾਰਨ ਪੰਜਾਤ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਮਨੀ ਸਲਾ ਬਚਾ ਸੰਗਠਨ ਦੇ ਇੱਕ ਅਧਿਕਾਰੀ ਨੇ ਸਿਨਹੂਆ ਨੂੰ ਦੱਸਿਆ ਕਿ ਲਗਭਗ 30 ਪੀੜਤਾਂ ਨੂੰ ਪਹਿਲਾਂ ਤੋਂ ਮੌਜੂਦ ਗੰਭੀਰ ਬਿਮਾਰੀਆਂ ਸਨ ਇਨ੍ਹਾਂ ਚੋਂ ਜ਼ਿਆਦਾਤਰ ਦੀ ਉਮਰ 50 ਤੋਂ 90 ਸਾਲ ਦੇ ਵਿਚਕਾਰ ਸੀ ਇਸ ਸਾਲ ਮਾਰਚ ਵਿੱਚ ਹੀਟ ਸਟ੍ਰੋਕ ਨਾਲ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਗਿਣਤੀ 8 ਸੀ ਜੋ ਅਪ੍ਰੈਲ ਤੱਕ ਵੱਧ ਕੇ 50 ਤੋਂ ਵੱਧ ਹੋ ਗਈ ਦੇਸ਼ ਦੇ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਵਿਭਾਗ ਅਨੁਸਾਰ ਮਾਂਡਲੇ ਵਿੱਚ 82 ਅਪ੍ਰੈਲ ਨੂੰ 70 ਸਾਲਾ ਵਿੱਚ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਸੀ ਅਤੇ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਿਛਲੇ ਸਾਲ 18 ਸਤੰਬਰ ਨੂੰ ਕੈਨੇਡਾ ਦੀ ਸੰਸਦ 'ਚ ਖੜੇ ਹੋ ਕੇ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਦੋਸ਼ ਭਾਰਤ ਤੇ ਲੋਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਦੀ ਅਜੇ ਤੱਕ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਇਸ ਮਾਮਲੇ 'ਚ ਕੈਨੇਡਾ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਜੇ ਵੀ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਕਿ ਭਾਰਤ ਦੀ ਕਿਹੜੀ ਏਜੰਸੀ ਦਾ ਇਸ ਮਾਮਲੇ 'ਚ ਹੱਥ ਸੀ ਹਾਲਾਂਕਿ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਹਨ ਉਹ ਭਾਰਤੀ ਨਾਗਰਿਕ ਹਨ ਤੇ ਉਹ ਇਨਾਂ ਨੂੰ ਕੈਨੇਡਾ ਦੀ ਨਾਗਰਿਕਤਾ ਨਹੀਂ ਮਿਲੀ ਸੀ ਪਰ ਕੀ ਇਨਾਂ ਦਾ ਕਿਸੇ ਭਾਰਤ ਦੀ ਜਾਂਚ ਏਜੰਸੀ ਨਾਲ ਸੰਬੰਧ ਹੈ ਕਿ ਇਹ ਵਿਅਕਤੀ ਭਾਰਤ ਦੀ ਕਿਸੇ ਐਮਬੈਸੀ ਦੇ ਕਰਮਚਾਰੀ ਦੇ ਸੰਪਰਕ ਜਾ ਕਿਸੇ ਭਾਰਤੀ ਰਾਜਦੂਤ ਦਾ ਨਾਂ ਇਸ ਮਾਮਲੇ 'ਚ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਇੰਨਾ ਸਾਰੇ ਦੋਸ਼ਾ ਦੇ ਚਲਦੇ ਆਂ ਹੀ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਖਰਾਬ ਹੋਏ ਸਨ ਜੋ ਇਸ ਤੋਂ ਬਾਅਦ ਲਗਾਤਾਰ ਵਿਗੜਦੇ ਗਏ ਪਰ ਕਤਲ ਦੇ 10 ਮਹੀਨਿਆਂ ਬਾਅਦ ਕੈਨੇਡਾ ਪੁਲਿਸ ਦੀ ਪ੍ਰੈਸ ਕਾਨਫਰੰਸ 'ਚ ਅਜੇ ਵੀ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਕਿਸੇ ਭਾਰਤੀ ਐਮਬੈਨਸੀ ਜਾਂ ਏਜੰਸੀ ਦਾ ਕਰਮਚਾਰੀ ਜਾਂ ਅਧਿਕਾਰੀ ਇਨਾਂ ਤਿੰਨਾਂ ਮਲਜ਼ਮਾਂ ਦੇ ਸੰਪਰਕ 'ਚ ਸੀ ਜਾਂ ਨਹੀਂ ਫਿਲਹਾਲ ਪੁਲਿਸ ਚਾਂਸੀ ਗੱਲ ਕਰ ਰਹੀ ਹੈ ਪਰ ਅਜੇ ਤੱਕ ਨਾ ਤਾਂ ਸਿੱਧੇ ਤੌਰ ਤੇ ਸ਼ਮੂਲੀਅਤ ਦੀ ਗੱਲ ਸਾਹਮਣੇ ਆਈ ਹੈ ਨਾ ਹੀ ਕਿਸੇ ਪਰਚੇ ਤੇ ਨਾ ਹੀ ਕਿ ਪ੍ਰੈਸ ਕਾਨਫਰੰਸ ਨੂੰ ਨਾ ਸਾਹਮਣੇ ਆਇਆ ਹੈ ਕਿਸੇ ਦਾ ਦੱਸ ਦिएगी ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੈਬਲੂ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਕਿਹਾ ਕਿ ਫੜੇ ਗਏ ਤਿੰਨੇ ਮੁਲਜ਼ਮ ਐਡਵਿੰਟਨ ਦੇ ਰਹਿਣ ਵਾਲੇ ਹਨ ਕਮਲਪ੍ਰੀਤ ਸਿੰਘ ਤੇ ਕਰਮ ਬਰਾੜ ਦੀ ਉਮਰ 22 ਸਾਲ ਹੈ ਜਦਕਿ ਕਰਮਪ੍ਰੀਤ ਸਿੰਘ ਦੀ ਉਮਰ 28 ਸਾਲ ਹੈ ਇਹ ਤਿੰਨੇ ਵੱਖ-ਵੱਖ ਸਮਿਆਂ ਦੌਰਾਨ ਕੈਨੇਡਾ ਚ ਆਏ ਸਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਅਮਰੀਕਾ ਦੇ ਆਪਣੇ ਨੇੜਲੇ ਭਾਈਵਾਲਾਂ ਭਾਰਤ ਤੇ ਜਾਪਾਨ ਨੂੰ ਜੈਨੋਫੋਬਿਕ ਯਾਨੀ ਕਿ ਦੂਜੇ ਮੁਲਕਾਂ ਤੋਂ ਪੈ ਖਾਣ ਵਾਲੇ ਦੱਸਣ ਤੇ ਉਹਨਾਂ ਨੂੰ ਚੀਨ ਤੇ ਰੂਸ ਦੇ ਬਰਾਬਰ ਸਮਝਣ ਵਾਲੇ ਬਿਆਨ ਮਗਰੋਂ ਵਾਈਟ ਹਾਊਸ ਨੇ ਨੋ ਟਿੱਪਣੀਆਂ ਕਰਕੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਚਾਰਾ ਜੋਈ ਆਰੰਭ ਦਿੱਤੀ ਹੈ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰਨ ਜੀਨ ਪੀਆਰ ਨੇ ਵੀਰਵਾਰ ਨੂੰ ਨਿਯਮਤ ਪ੍ਰੈਸ ਕਾਨਫਰੰਸ ਰਾਨੇ ਕਿਹਾ ਸੀ ਕਿ ਉਹ ਬਾਈਡਨ ਯਾਨੀ ਕਿ ਬਾਈਡਨ ਮੋਕਲੇ ਨੁਕਤੇ ਤੋਂ ਆਪਣੀ ਗੱਲ ਰੱਖ ਰਹੇ ਸਨ ਸਾਡੇ ਭਾਈਵਾਲ ਇਹ ਪਾਲੀ ਪਲੀ ਪੰਜ ਜਾਣਦੇ ਹਨ ਕਿ ਰਾਸ਼ਟਰਪਤੀ ਬਾਈਡਨ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹਨ ਜਿੱਥੋਂ ਤੱਕ ਜਾਪਾਨ ਦੀ ਗੱਲ ਹੈ ਉਹਨਾਂ ਦੇ ਆਗੂ ਪਿੱਛੇ ਜਿਹੇ ਸਰਕਾਰੀ ਫੇਰੀ ਤੇ ਸਨ ਅਮਰੀਕਾ ਤੇ ਜਾਪਾਨ ਦੇ ਰਿਸ਼ਤੇ ਬਹੁਤ ਅਹਿਮ ਹਨ ਉਹ ਡੂੰਗਾ ਤੇ ਟਿਕਾਊ ਗਠਜੋੜ ਹੈ ਪੀਆ ਨੇ ਕਿਹਾ ਕਿ ਉਹ ਆਪਣੇ ਮੁਲਕ ਬਾਰੇ ਬੋਲ ਰਹੇ ਸਨ ਤੇ ਇੱਕ ਗੱਲ ਆਕਰੇਸਾਨ ਕੀ ਪ੍ਰਵਾਸੀਆਂ ਦਾ ਦੇਸ਼ ਵਿੱਚ ਹੋਣਾ ਕਿੰਨਾ ਅਹਿਮ ਹੈ ਤੇ ਕਿਵੇਂ ਇਹ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਾਡੇ ਭਾਈਵਾਲਾਂ ਨਾਲ ਰਿਸ਼ਤਿਆਂ ਦੇ ਨਾਲ ਸੰਬੰਧਿਤ ਹੈ ਸਾਡੇ ਭਾਰਤ ਤੇ ਜਾਪਾਨ ਦੇ ਨਾਲ ਮਜ਼ਬੂਤ ਰਿਸ਼ਤੇ ਹਨ ਅਤੇ ਜੇਕਰ ਪਿਛਲੇ 3 ਸਾਲਾਂ ਨੂੰ ਦੇਖੇ ਤਾਂ ਰਾਸ਼ਟਰਪਤੀ ਨੇ ਯਕੀਨੀ ਤੌਰ ਤੇ ਸਾਰਾ ਧਿਆਨ ਉਹਨਾਂ ਕੂਟਨੀਤਿਕ ਰਿਸ਼ਤਿਆਂ ਤੇ ਕੇਂਦ੍ਰਿਤ ਕੀਤਾ ਹੈ ਕਾਬਿਲ ਗੌਰ ਹੈ ਕਿ ਰਾਸ਼ਟਰਪਤੀ ਬਾਈਡਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਡੈਮੋਕ੍ਰੈਟਿਕ ਪਾਰਟੀ ਲਈ ਚੰਦਾ ਇਕੱਠਾ ਕਰਨ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਤੇ ਜਾਪਾਨ ਨੂੰ ਗਲਤ ੰਗ ਦੇ ਨਾਲ ਹਲੂਨਿਆ ਸੀ ਅਮਰੀਕੀ ਸਦਰ ਨੇ ਕਿਹਾ ਸੀ ਕਿ ਇਹ ਚੋਨਾ ਆਜ਼ਾਦੀ ਅਮਰੀਕਾ ਦੇ ਜਮਹੂਰੀਅਤ ਲਈ ਹਨ। ਇਹੀ وجہ ਹੈ ਕਿ ਮੈਨੂੰ ਤੁਹਾਡੇ ਬਹੁਤ ਲੋੜ ਹੈ। ਤੁਹਾਨੂੰ ਪਤਾ ਹੈ ਕਿ ਸਾਡਾ ਅਰਥਚਾਰਾ ਕਿਉਂ ਵੱਧ ਫੁੱਲ ਰਿਹਾ ਹੈ? ਇਹ ਸਿਰਫ ਤੁਹਾਡੇ ਤੇ ਕਈ ਹੋਰਾਂ ਦੀ ਵਜ੍ਹਾ ਕਰਕੇ ਹੈ। ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ। ਚੀਨ ਆਰਥਿਕ ਤੌਰ ਤੇ ਇੰਨਾ ਕਿਉਂ ਪਿਛੜ ਗਿਆ ਹੈ? ਜਾਪਾਨ ਨੂੰ ਇੰਨੀਆਂ ਮੁਸ਼ਕਲਾਂ ਕਿਉਂ ਹਨ? ਰੂਸ ਨੂੰ ਕਿਉਂ ਹਨ? ਭਾਰਤ ਨੂੰ ਕਿਉਂ ਹਨ? ਕਿਉਂਕਿ ਇਹ ਸਾਰੇ ਜ਼ੈਨੋਫੋਬਿਕ ਪਾਬ ਦੂਜੇ ਮੁਲਕਾਂ ਤੋਂ ਪੈ ਖਾਨ ਵਾਲੇ ਹਨ ਉਹਨਾਂ ਨੂੰ ਪਰਵਾਸੀ ਨਹੀਂ ਚਾਹੀਦੇ ਭਾਰਤ ਤੇ ਜਾਪਾਨ ਚਾਰ ਮੁਲਕੀ ਸਮੂਹ ਕੁਆਡ ਦੇ ਮੈਂਬਰ ਹਨ ਜਿਸ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਵੀ ਸ਼ਾਮਲ ਹਨ ਬਾਈਡਨ ਨੇ ਪਿਛਲੇ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਿਛਲੇ ਮਹੀਨੇ ਜਾਪਾਨ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕੀਤੀ ਸੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਚ ਹੋਏ ਬੰਬ ਧਮਾਕੇ ਚ ਇੱਕ ਸੀਨੀਅਰ ਪੱਤਰਕਾਰ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਮ੍ਰਿਤਕ ਪੱਤਰਕਾਰ ਦੀ ਪਛਾਣ ਖੁਸ਼ਦਾਰ ਪ੍ਰੈਸ ਕਲੱਬ ਦੇ ਪ੍ਰਧਾਨ ਮੁਹੰਮਦ ਸਦੀਕ ਮੈਂਗਲ ਵਜੋਂ ਹੋਈ ਹੈ ਪ੍ਰੈਸ ਆਜ਼ਾਦੀ ਦਿਵਸ ਤੇ ਵੀ ਪਾਕਿਸਤਾਨ ਚ ਪੱਤਰਕਾਰਾਂ ਤੇ ਕਹਿਰ ਦਾ ਸਿਲਸਿਲਾ ਜਾਰੀ ਹੈ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਸੀਨੀਅਰ ਪੱਤਰਕਾਰ ਦੀ ਮੌਤ ਹੋ ਗਈ ਹੈ ਅਤੇ ਹੋਰ ਜ਼ਖਮੀ ਹੋ ਗਏ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸਦੀਕ ਮੰਗਲ ਖੁਸਦਾਰ ਸ਼ਹਿਰ ਦੇ ਬਾਹਰਵਾਰ ਸੁਲਤਾਨ ਇਬਰਾਹਿਮ ਹਾਈਵੇ ਤੋਂ ਲੰਘ ਰਹੇ ਸਨ ਉਸੇ ਸਮੇਂ ਰਿਮੋਟ ਕੰਟਰੋਲ ਬੰਬ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਵਿੱਚ ਚੋ ਜ਼ਿੰਮਤ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ tMapਕ ਵਿੱਚ ਸੱਤ ਹੋਰ ਲੋਕ ਵੀ ਜ਼ਖਮੀ ਹੋਏ ਹਨ ਇੱਕ ਸੁਤੰਤਰ ਰਾਸ਼ਟਰੀ ਮੀਡੀਆ ਨਿਗਰਾਨ ਫਰੀडम ਨੈਟਵਰਕ ਦੀ ਇੱਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ ਪਿਛਲੇ 10 ਸਾਲਾਂ 'ਚ 53 ਪੱਤਰਕਾਰਾਂ ਦੀ ਹੱਤਿਆ ਹੋਈ ਹੈ ਹਾਲਾਂਕਿ ਸਿਰਫ ਦੋ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਤਵਾਦੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਅਤੇ ਧਮਾਕਿਆਂ ਅਤੇ ਅਤਵਾਦੀ ਹਮਲਿਆਵਾਂ ਦੀਆਂ ਘਟਨਾਵਾਂ ਲਗਾਤਾਰ ਵਪਰ ਰਹੀਆਂ ਹਾਲ ਹੀ ਚ ਬਲੋਚਿਸਤਾਨ ਦੇ ਦੁਕੀ ਜ਼ਿਲ੍ਹੇ ਚ ਠਾਕੇਦਾਰ ਨਦੀ ਨੇੜੇ ਦੋ ਬਾਰੂਦੀ ਸੁਰੰਗ ਧਮਾਕਿਆ ਜਿ ਘਟੋ ਘਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਪਹਿਲਾ ਧਮਾਕਾ ਉਸ ਸਮੇ ਹੋਇਆ ਜਦੋਂ ਇੱਕ ਟਰੱਕ ਨੇ ਬਾਰੂਦੀ ਸੁਰੰਗ ਨਾਲ ਟਕਰਾ ਦਿੱਤਾ ਇਸ ਤੋਂ ਬਾਅਦ ਦੂਜਾ ਧਮਾਕਾ ਉਸ ਸਮੇ ਹੋਇਆ ਜਦੋਂ ਲੋਕ ਕੱਟਾਂਸਾਂ ਤੇ ਇਕੱਠੇ ਹੋਏ ਸਨ ਪਿਛਲੇ ਸ਼ੁਕਰਵਾਰ ਨੂੰ ਪੇਸ਼ੇਂ ਜ਼ਿਲ੍ਹੇ ਦੇ ਕਾਲੀ ਤਾਰਤਾ ਇਲਾਕੇ ਚ ਅਨਪਛਾਤੇ ਹਮਲਾਵਾਰਾਂ ਨੇ ਗੋਲੀਬਾਰੀ ਕਰਕੇ ਡੀਐਸਪੀ ਅਤੇ ਐਸਐਚਓਸ ਮੇ 2 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਜ਼ਿਲ੍ਹੇ ਦੇ ਤੂਪੇ ਇਲਾਕੇ ਵਿੱਚ ਵੀ ਕਿਸੇ ਤਰ੍ਹਾਂ ਦੀ ਇੱਕ ਘਟਨਾ 'ਚ ਹਥਿਆਰਬੰਦ ਵਿਅਕਤੀਵਾਂ ਵੱਲੋਂ ਦੋ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸਿਉਕਤ ਵਰਬ ਅਮਰੀਆ 2 April ਚ ਹੜ ਆਉਣ ਦੇ ਕੁਝ ਦਿਨ ਬਾਅਦ ਦੇਸ਼ ਦੇ ਮੂਰ ਤੋਂ ਪਾਰਿ ਬਾਰਿਸ਼ ਹੋਣੀ ਸ਼ੁਰੂ ਹੋ ਗਈ ਹੈ ਦੁਬਈ ਚ ਉਨ ਜਾਣ ਵਾਲੀਆਂ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਵਿੱਚ ਦੇਰੀ ਹੋ ਗਈ ਹੈ ਇਸ ਦੌਰਾਨ ਲੋਕਾਂ ਅਤੇ ਵਿਦਿਆਰਥੀਆਂ ਨੂੰ ਘਰ ਤੋਂ ਕੰਮ ਕਰਨ ਅਤੇ ਪੜਾਈ ਕਰਨ ਲਈ ਕਿਹਾ ਗਿਆ ਹੈ ਯੂਏਈ ਚ ਪਾਰਿਮੀ ਅਤੇ ਤੂਫਾਨ ਕਾਰਨ ਵੀਰਵਾਨ ਔਰੰਜ ਲਾਟ ਜਾਰੀ ਕੀਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਯੂਏਈ ਅਸਥਿਰ ਮੌਸਮ ਦੀ ਇਸ ਲਹਿਰ ਲਈ ਤਿਆਰੀ ਕਰ ਰਿਹਾ ਹੈ ਜਿਸ ਦੇ 2 ਮਈ ਤੋਂ 5 ਮਈ ਤੱਕ ਸਿਖਰ ਦੇ ਰਹਿੰਦੀ ਸੰਭਾਵਨਾ ਹੈ ਸਾਰੇ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਸਕੂਲ ਦੂਰੀ ਸਿੱਖਣ ਤੇ ਹਨ ਜਦਕਿ ਕੰਪਨੀਆਂ ਨੂੰ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇ ਲਈ ਕਿਹਾ ਗਿਆ ਹੈ ਪਾਗ ਅਤੇ ਬੀਚ ਬੰਦ ਕਰ ਦਿੱਤੇ ਗਏ ਹਨ ਅਮੀਰਾਤ ਵਿੱਚ ਅਸਥਿਰ ਮੌਸਮ ਦੀ ਸਥਿਤੀ ਦੇ ਕਾਰਨ ਦੁਬਈ ਨੇ 2 ਮਈ ਅਤੇ 3 ਮਈ ਨੂੰ ਸਰਕਾਰੀ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੇ ਐਲਾਨ ਕੀਤਾ ਹੈ ਉਧਰ ਹੀ ਬੁੱਧਵਾਰ ਨੂੰ ਸਯੁਕਤ ਅਰਬ ਅਮੀਰਾਤ ਦੀ ਆਫਤ ਪ੍ਰਬੰਧਨ ਥੋਰਟੀ ਨੇ ਆਉਣ ਵਾਲੇ ਮੌਸਮ ਦੀਆਂ ਸਥਿਤੀਆਂ ਨਾਲ ਜੱਟਣ ਲਈ ਦੇਸ਼ ਦੀ ਤਿਆਰੀ ਨੂੰ ਦੁਹਰਾਇਆ ਇਸ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਸਬੰਧਿਤ ਏਜੰਸੀਆਂ ਉਪਾਅਾਂ ਨੂੰ ਲਾਗੂ ਕਰਕੇ ਅਨੁਮਾਨਤ ਮੌਸਮ ਤੇ ਉਤਾਰ ਚੜਾਅ ਨਾਲ ਨਜਿੱਠਣ ਲਈ ਤਿਆਰ ਹਨ ਇਸ ਤੋਂ ਪਹਿਲਾਂ ਐਨਸੀਐਮ ਮਾਹਰ ਨੇ ਕਿਹਾ ਸੀ ਕਿ ਓਲ ਵਾਲੇ ਮੌਸਮ ਦੀ ਸਥਿਤੀ 16 April ਨੂੰ ਹੋਈ بارش ਵਰਗੀ ਹੋਣ ਦੀ ਉਮੀਦ ਨਹੀਂ ਹੈ ਅਧਿਕਾਰੀਆਂ ਨੇ ਇਸ ਦੌਰਾਨ ਚੁੱਕੇ ਜਾਣ ਵਾਲੇ ਸਭ ਸਾਵਧਾਨੀਆਂ ਬਾਰੇ ਵਿਚਾਰ ਵੰਡਾਦਰਾ ਕੀਤਾ ਯੂਏਈ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮੌਜੂਦਾ ਮੌਸਮ ਦੀ ਸਥਿਤੀ ਕਾਰਨ ਦੇਸ਼ ਦੇ ਸਾਰੇ ਸਰਕਾਰੀ ਸਕੂਲ 2 ਅਤੇ 3 May ਨੂੰ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਹੋਣਗੀਆਂ ਇਸ ਤੋਂ ਇਲਾਵਾ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਦੁਬਈ ਦੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਅਸਥਿਰ ਮੌਸਮ ਦੀ ਸੰਭਾਵਨਾ ਕਾਰਨ 2 ਮਈ ਤੇ 3 ਮਈ ਨੂੰ ਆਨਲਾਈਨ ਸਿਖਲਾਈ ਹੋਵੇਗੀ। ਗਿਆਨ ਅਤੇ ਮਨੁੱਖੀ ਵਿਕਾਸ ਅਥਾਰਟੀ ਨੇ ਘੋਸ਼ਣਾ ਕੀਤੀ ਹੈ ਕਿ ਇਹ ਫੈਸਲਾ ਸਾਰੇ ਪ੍ਰਾਈਵੇਟ ਸਕੂਲਾਂ, ਨਰਸਰੀਆਂ ਅਤੇ ਯੂਨੀਵਰਸਿਟੀਆਂ ਤੇ ਲਾਗੂ ਹੋਵੇਗਾ। ਬੇਸ਼ੱਕ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਬੰਦਾ ਰੁਤਵਾ ਨਹੀਂ ਮਿਲ ਰਿਹਾ ਪਰ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬਦੌਲਤ ਪੰਜਾਬੀ ਦਾ ਬੋਲਬਾਲਾ ਹੈ ਵਿਦੇਸ਼ਾਂ ਦੇ ਸਕੂਲਾਂ ਵਿੱਚ ਪੰਜਾਬੀ ਪੜਾਈ ਜਾਣ ਲੱਗੀ ਹੈ ਤਾਜ਼ਾ ਖਬਰ ਦੇ ਅਨੁਸਾਰ ਕੈਨੇਡਾ ਤੋਂ ਆਈ ਹੈ ਕਿ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਸਕੂਲਾਂ ਵਿੱਚ ਕੇਜੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਵਿਸ਼ੇ ਵਜੋਂ ਪੜਾਈ ਜਾਵੇਗੀ ਦਰਅਸਲ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਸਕੂਲਾਂ ਵਿੱਚ केजी ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਵਿਸ਼ੇ ਵੱਜੋਂ ਪੜਾਈ ਜਾਵੇਗੀ। ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੈਨੇਡਾ ਦੇ ਸ਼ਹਿਰ ਵਿਨੀਪੈਗ 'ਜਾ ਵਸੀ ਸੰਦੀਪ ਕੋਰ ਰੰਦਾਵਾ ਨੇ ਆਪਣੀ ਮਾਂ ਬੋਲੀ ਪੰਜਾਬੀ ਪਾਸ਼ਾ ਨੂੰ ਪਰਫੂਲਿਤ ਕਰਨ ਦਾ ਹਿੱਤ ਵੱਡਾ ਕਦਮ ਉਠਾਇਆ। ਉਹਨਾਂ ਨੇ ਦੱਸਿਆ ਕਿ ਸੰਦੀਪ ਕੋਹਿੰਦਾ ਬਨੇ ਪੰਜਾਬੀਆਂ ਦੇ ਬੱਚਿਆਂ ਨੂੰ ਮਾਤ ਪਾਸ਼ਾ ਨਾਲ ਮੁਰਤੋ ਜੋੜਨ ਲਈ ਵਿਨੀਪੈਗ ਸਕੂਲ ਡਿਵੀਜ਼ਨ ਨਾਲ ਆਪਤਾ ਕਰਕੇ ਸਕੂਲਾਂ ਦੇ ਸਿਲੇਬਸ 'ਚ ਪੰਜਾਬੀ ਨੂੰ ਵਿਸ਼ੇ ਵਜੋਂ ਪੜਾਉਣ ਦੀ ਮੰਗ ਉਠਾਈ ਸੀ। ਉਹਨਾਂ ਦੀ ਕਈ ਮੀਨੀਆਂ ਦੀ ਜਦੋਂ ਜਿਹਤ ਤੋਂ ਬਾਅਦ ਵਿਨੀਪੈਗ ਸਕੂਲ ਡਿਵੀਜ਼ਨ ਨੇ ਇਸ ਪ੍ਰਸਤਾਵ ਨੂੰ ਲਿਖਤੀ ਪ੍ਰਮਾਨਗੀ ਦਿੰਦਿਆਂ ਕਿ ਹਾਂ ਕਿ ਸਤੰਬਰ ਮਹੀਨੇ ਤੋਂ ਵਿਨੀਪੈਗ ਸ਼ਹਿਰ ਦੇ ਸਕੂਲਾਂ ਵਿੱਚ ਕੇਜੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੂੰ ਪੰਜਾਬੀ ਵਿਸ਼ੇ ਵਜੋਂ ਪੜਾਈ ਜਾਵੇਗੀ। ਈਰਾਨ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਐਮਐਸਸੀ ਅਰਾਈਸ ਦੇ ਪੂਰੇ ਅਮਲੇ ਨੂੰ ਰਹਾ ਕਰ ਦਿੱਤਾ ਹੈ ਚਾਲਕ ਦਲ ਵਿੱਚ ਸਾਰਾ ਭਾਰਤੀ ਸਪੇਤ ਪਰਚੀ ਲੋਕ ਸ਼ਾਮਲ ਸਨ ਕੈਡਟ ਐਂਡ ਟੈਸਾ ਜੋਸੇਫ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇਕਲੌਤੀ ਔਰਤ ਨੂੰ ਈਰਾਨੀ ਫੌਜ ਨੇ ਪਹਿਲਾਂ ਹੀ ਰਹਾ ਕਰ ਦਿੱਤਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਆਮੀਰ ਅਬਦੁਲ ਯਾਨ ਨੇ ਇਸਟੋਨੀਅਨ ਵਿਦੇਸ਼ ਮੰਤਰੀ ਮਾਗਸ ਨਾਲ ਫੋਨ ਤੇ ਗੱਲ ਕੀਤੀ ਸੀ ਅਤੇ ਇਸ ਦੌਰਾਨ ਉਹਨਾਂ ਨੇ ਚਾਲਕ ਦਲ ਦੀ ਰਿਹਾਈ ਦੀ ਜਾਣਕਾਰੀ ਦਿੱਤੀ ਅਮਰੀਕਾ ਚ ਫਲਸਤੀਨ ਪੱਖੀ ਦੌਲਤ ਦਾ ਦਮਨ ਜਾਰੀ ਹੈ ਚਾਲੀ ਵਿਦਿਅਕ ਤਾਰੇ ਚੋਂ 320 ਤੋਂ ਵੱਧ ਵਿਦਿਆਰਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੁਰਕੀ ਨੇ ਇਹ ਐਲਾਨ ਉਦੋਂ ਕੀਤਾ ਜਦੋਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕੋਟੇਸ ਬੋਲੋ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੇ ਤੇਪ ਇਹ ਦੋਗਨ ਉੱਤੇ ਇਜ਼ਰਾਈਲ ਦੀਆਂ ਬੰਦਰਗਾਹਾਂ ਤੋਂ ਦਰਾਮਦ ਅਤੇ ਜਰੇਯਾਤ ਵਿੱਚ ਰੁਕਾਵਟ ਪਾ ਕੇ ਸਮਝੌਤਿਆਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਇਆ ਗਿਆ ਸੀ ਵਿਦੇਸ਼ ਮੰਤਰਾਲੇ ਨੇ ਗਾਜ਼ਾ ਵਿੱਚ ਮਨੁੱਖਤਾਵਾਦੀ ਸੰਕਟ ਨੂੰ ਲੈ ਕੇ ਤੁਰਕੀ ਦੇ ਇਜ਼ਰਾਈਲ ਦੇ ਨਾਲ ਵਪਾਰ ਨੂੰ ਰੋਕਣ ਦਾ ਐਲਾਨ ਕੀਤਾ ਇਜ਼ਰਾਈਲ ਅਤੇ ਹਮਾਸ ਵਿਚਾਲੇ 200 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਭਿਆਨਕ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਇਸ ਤੁਰਕੀ ਨੇ ਗਾਜ਼ਾ ਵਿੱਚ ਮਨੁੱਖਤਾਵਾਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਈਰਾਨ ਅਵੀਬ ਤੋਂ ਸਾਰੇ ਆਯਾਤ ਅਤੇ ਨਿਰਯਾਤ ਨੂੰ ਰੋਕ ਦਿੱਤਾ ਹੈ। ਕਮਾਂਦਰੀ ਮੀਡੀਆ ਰਿਪੋਰਟਰਾਂ ਮੁਤਾਬਕ ਤੁਰਕੀ ਦੇ ਵਪਾਰ ਮੰਤਰਾਲੇ ਨੇ ਇਹ ਐਲਾਨ ਕੀਤਾ ਹੈ। ਮੰਤਰਾਲੇ ਨੇ ਬੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ ਉਤਪਾਦਾਂ ਸਮੇਤ ਇਜ਼ਰਾਈਲ ਨੂੰ ਸ਼ਾਮਲ ਕਰਨ ਵਾਲੇ ਆਯਾਤ ਅਤੇ ਨਿਰਯਾਤ ਨੂੰ ਰੋਕ ਦਿੱਤਾ ਗਿਆ। ਤੁਰਕੀ ਇਹਨਾਂ ਨਵੇਂ ਉਪਾਵਾਂ ਨੂੰ ਸਖਤੀ ਨਾਲ ਅਤੇ ਨਿਰਣਾਇਕ ਢੰਗ ਦੇ ਨਾਲ ਲਾਗੂ ਕਰੇਗਾ। ਜਦਕਿ ਇਜ਼ਰਾਈਲ ਸਰਕਾਰ ਗਾਜ਼ਾ ਨੂੰ ਮਾਨਵਤਾਵਾਦੀ ਸਹਾਇਤਾ ਦੇ ਨਿਰਵਿਘਨ ਅਤੇ ਟੁਕਮੇ ਪ੍ਰਵਾਹ ਦੀ ਆਗਿਆ ਨਹੀਂ ਦਿੰਦੀ। ਤੁਰਕੀ ਵੱਲੋਂ ਇਹ ਐਲਾਨ ਹਾਲੀ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕੋਰਟੇਜ਼ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਏਰਦੋਗਨ ਉੱਤੇ ਇਜ਼ਰਾਈਲੀ ਦੀਆਂ ਬੰਦਰਗਾਹਾਂ ਤੋਂ ਦਰਾਮਦ ਅਤੇ ਨਿਰਯਾਤ ਵਿੱਚ ਰੁਕਾਵਟ ਪਾ ਕੇ ਸਮਝੌਤਿਆਂ ਦੇ ਉਲੰਘਣਾ ਕਰਨ ਦੇ ਦੋਸ਼ਾਂ 'ਦੇ ਬਾਤ ਕੀਤਾ ਗਿਆ। ਵਿਦੇਸ਼ ਮੰਤਰੀ ਨੇ ਐਕਸ 'ਤੇ ਲਿਖਿਆ ਕਿ ਇਹ ਤਾਨਾਸ਼ਾਹ ਕਿਵੇਂ ਵਿਵਹਾਰ ਕਰਦਾ ਹੈ। ਤੁਰਕੀ ਦੇ ਲੋਕਾਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਅਣਦੇਖੀ ਕਰਦਾ ਹੈ ਅਤੇ ਅੰਤਰਰਾਸ਼ਟਰੀ ਉਪਾਸਮ ਜੋਤਿਆ ਦੀ ਅਣਦੇਖੀ ਕਰਦਾ ਹੈ। ਇਹ ਸੰਜੀ ਅੱਜ ਦੀਆਂ ਕੁਝ ਖਾਸ ਸੇ ਝੋਨੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹੇ ਹਾਂ ਅੰਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਰੇ ਯੂਐਸਏ ਟੀਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।